ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਪੰਜਾਬ ਦੇ 4 ਹਲਕੇ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਜਿੱਥੇ ਫਗਵਾੜਾ ਤੋਂ ਕਾਂਗਰਸ ਪਾਰਟੀ ਨੇ BS ਧਾਲੀਵਾਲ ਨੂੰ ਟਿਕਟ ਦਿੱਤੀ ਹੈ, ਉੱਥੇ ਹੀ ਇਸ ਗੱਲ ਨੂੰ ਲੈ ਕੇ ਜੋਗਿੰਦਰ ਸਿੰਘ ਮਾਨ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਸੀ, ਜਿਸ ਦੇ ਚੱਲਦਿਆਂ ਉਹਨਾਂ ਨਾਲ ਗੱਲਬਾਤ ਕਰਨ ਲਈ ਕੈਬਨਿਟ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ, ਵਿਧਾਇਕ ਨਵਤੇਜ ਸਿੰਘ ਚੀਮਾ ਅਤੇ BS ਧਾਲੀਵਾਲ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਇਹ ਆਸ਼ਵਾਸਨ ਦਿੱਤਾ ਕਿ ਉਹਨਾਂ ਨੂੰ ਪਾਰਟੀ ਵਿੱਚ ਬਣਦਾ ਸਤਿਕਾਰ ਦਿੱਤਾ ਜਾਵੇਗਾ। ਇਸ ਸੰਬੰਧੀ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜੋਗਿੰਦਰ ਸਿੰਘ ਮਾਨ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ ਅਤੇ ਇਹ ਜੋ ਇਲੈਕਸ਼ਨ ਹੋ ਰਿਹਾ ਇਹ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਵਿੱਚ ਹੀ ਲੜਿਆ ਜਾਵੇਗਾ। ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ, ਮਤਲਬ ਉਹਨਾਂ ਦੀ ਇਹ ਸੋਚ ਹੈ, ਤੁਸੀਂ ਦੇਖੋਗੇ ਜਿੱਤ ਪ੍ਰਾਪਤ ਹੁੰਦੀ ਪਾਰਟੀ ਦੀ ਔਰ ਸਾਰੇ ਜਿਹੜੀ ਛੋਟੀ ਮੋਟੀ ਕਿਤੇ ਗੱਲ ਲੱਗੀ ਸੀ ਉਹ ਸਾਰੀ ਦੂਰ ਹੋਵੇਗੀ। ਮਾਨਯੋਗ ਸਤਿਕਾਰਯੋਗ ਜਿਹੜੇ ਸਾਡੇ ਬੜੇ ਪੁਰਾਣੇ ਵਰਕਰ ਨੇ, ਜਿਹੜੀ ਬੜੀ ਦੇਰ ਦੇ ਪਾਰਟੀ ਨਾਲ ਜੁੜੇ ਹੋਏ ਨੇ, ਸਾਰਿਆਂ ਨੂੰ ਮਾਨ ਸਤਿਕਾਰ ਮਿਲੇਗਾ। ਮਾਨ ਸਾਹਿਬ ਸਾਡੇ ਆਗੂ ਨੇ, ਅੱਜ ਦਾ ਜਿਹੜਾ ਇਲੈਕਸ਼ਨ ਹੈ ਜਿਹੜਾ ਲੜਿਆ ਜਾਏਗਾ ਉਹ ਵੀ ਮਾਨ ਸਾਹਿਬ ਦੀ ਅਗਵਾਈ 'ਚ ਲੜਿਆ ਜਾਏਗਾ। ਇਸ ਸੰਬੰਧੀ BS ਧਾਲੀਵਾਲ ਨੇ ਕਿਹਾ ਕਿ ਸਾਡੀ ਕਈ ਸਾਲਾਂ ਤੋਂ ਜੋਗਿੰਦਰ ਸਿੰਘ ਮਾਨ ਨਾਲ ਸਾਂਝ ਹੈ ਅਤੇ ਅਸੀਂ ਜੋਗਿੰਦਰ ਸਿੰਘ ਮਾਨ ਦਾ ਆਸ਼ੀਰਵਾਦ ਲੈਣ ਆਏ ਹਾਂ ਅਤੇ ਨਾਲੇ ਵਰਕਰ ਇੱਕਜੁੱਟ ਹੋ ਕੇ ਕੰਮ ਕਰਨਗੇ। ਜੋਗਿੰਦਰ ਸਿੰਘ ਮਾਨ ਜੋ ਕਿ ਬਹੁਤ ਹੀ ਸੀਨੀਅਰ ਲੀਡਰ ਕਾਂਗਰਸ ਦੇ ਹੈਗੇ ਨੇ, ਮੇਰਾ ਵੀ ਲਗਭਗ 1992-93 ਤੋਂ ਇਹਨਾਂ ਨਾਲ ਬਹੁਤ ਹੀ ਪਰਿਵਾਰਿਕ ਸਾਂਝ ਹੈਗੀ ਹੈ। ਤੋ ਜਿਸ ਤਰ੍ਹਾਂ ਕਿ ਪਾਰਟੀ ਵੱਲੋਂ ਮੈਨੂੰ ਟਿਕਟ ਮਿਲਦੀ ਗਈ ਹੈ, ਤੋ ਮੈਂ ਮਾਨ ਸਾਹਿਬ ਦਾ ਆਸ਼ੀਰਵਾਦ ਲੈਣਾ ਹੈ ਕਿ ਉਮੀਦ ਕਰਦਾ ਕਿ ਅਸੀਂ ਸਾਰੀ ਕਾਂਗਰਸ ਇੱਕਜੁੱਟ ਹੋ ਕੇ ਅਸੀਂ ਜਿਹੜੇ ਹੈਗੇ ਆ ਇਹ ਆਉਣ ਵਾਲੀ ਇਲੈਕਸ਼ਨ ਜਿੱਤਾਂਗੇ ਔਰ ਜਿੱਤਣ ਤੋਂ ਬਾਅਦ ਜਿਹੜਾ ਹੈਗਾ ਸਾਰੇ ਵਰਕ ਸਾਰੇ ਹੀ ਜਿੰਨੇ ਵੀ ਸਾਡੇ ਵਰਕਰਸ ਹੈਗੇ ਨੇ ਇਕੱਠੇ ਹੋ ਕੇ ਚੱਲੇ ਆ ਤੇ ਅੱਗੇ ਤੋਂ ਵੀ ਇਕੱਠੇ ਹੀ ਚੱਲਾਂਗੇ। ਜੋ ਰੋੜਾ ਸਾਹਿਬ ਨੇ ਕਿਹਾ ਉਹਦੇ ਨਾਲ ਉਹਨਾਂ ਦੇ ਨਾਲ ਨਿਸਰ ਹੈ, ਨਿਸਰ ਦਾ ਇੱਕ ਸਟੇਟਸ ਹੁੰਦਾ, ਮੈਂ ਆਰ ਜੀ ਕੈਪਟਨ ਮਿਸਟਰ ਜੀ ਦਾ ਸਾਹਿਬ ਜੋ ਇੱਕ ਵਾਰੀ ਗੱਲ ਮੂੰਹ ਕਹਿਤੀ ਉਹਨੇ ਮੈਂ ਤਾਂ ਮੇਰਾ ਮੋਰਲੀ ਕੋਈ ਨਹੀਂ ਵਜੇ ਦਾ ਮਤਲਬ ਨਹੀਂ, ਮੈਂ ਜਿੱਥੇ ਖੜਾ ਜੋ ਰੋੜਾ ਸਾਹਿਬ ਨੇ ਕਿਹਾ ਬਿਲਕੁਲ ਮੈਂ ਹੋਏ। ਜਿਵੇਂ ਦੇ ਬੜੇ ਅਜੀਬ ਦੋਸਤ ਨੇ, ਅਸੀਂ ਕਦੇ ਵੀ ਇੱਕ ਦੂਜੇ ਨੂੰ ਅਵਾਇਡ ਨਹੀਂ ਕੀਤਾ ਔਰ ਹਮੇਸ਼ਾ ਇਕੱਠੇ ਹੋ ਕੇ ਜਾਂਦੇ, ਇਕੱਠੇ ਹੋ ਕੇ ਜਾਣਾ। ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।